ਈਵਨ ਪੰਜਾਬੀ ਤੇ ਈਵਨ ਨਿਊਜ਼ ਵਿੱਚ ਆਪ ਸਭ ਦਾ ਸਵਾਗਤ ਕਰਦਾ। ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ ਖਰੀਆਂ ਖਰੀਆਂ। ਸੁਖਪਾਲ ਸਿੰਘ ਖਹਿਰਾ ਮੁਰਦਾਬਾਦ, ਸੁਖਪਾਲ ਸਿੰਘ ਖਹਿਰਾ ਹਾਏ ਹਾਏ। ਇਹ ਦੋਸਤੋ ਮੈਂ ਨਹੀਂ ਕਹਿ ਰਿਹਾ, ਬਲਕਿ ਸੁਖਪਾਲ ਸਿੰਘ ਖਹਿਰਾ ਵੱਲੋਂ ਇੱਕ ਰੈਲੀ ਨੂੰ ਸੰਬੋਧਿਤ ਕਰਦਿਆਂ ਹੋਇਆਂ ਸੰਗਰੂਰ ਵਿੱਚ ਜਾਣਾ ਪਿਆ। ਉੱਥੇ ਉਹਨਾਂ ਦੀ ਕੋਈ ਮੀਟਿੰਗ ਸੀ, ਲੇਕਿਨ ਸੁਖਪਾਲ ਸਿੰਘ ਖਹਿਰਾ ਗਲਤੀ ਦੇ ਨਾਲ ਭਗਵੰਤ ਮਾਨ ਦੇ ਗੜ੍ਹ ਵਿੱਚ ਚਲੇ ਗਏ। ਲੇਕਿਨ ਜਦੋਂ ਭਗਵੰਤ ਮਾਨ ਦੇ ਗੜ੍ਹ ਵਿੱਚ ਪਹੁੰਚੇ ਤਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਹੈ। ਉਹਨਾਂ ਨੇ ਸੁਖਪਾਲ ਸਿੰਘ ਖਹਿਰਾ ਮੁਰਦਾਬਾਦ, ਸੁਖਪਾਲ ਸਿੰਘ ਖਹਿਰਾ ਹਾਏ ਹਾਏ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਇਹਨਾਂ ਨੇ ਅਜਿਹਾ ਕਿਉਂ ਕੀਤਾ ਇਹ ਮੈਂ ਦੱਸਾਂਗਾ ਬਾਅਦ ਵਿੱਚ। ਪਹਿਲਾਂ ਸੁਖਪਾਲ ਸਿੰਘ ਦਾ ਵਿਰੋਧ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਜੋ ਨਾਅਰੇਬਾਜ਼ੀ ਕੀਤੀ ਗਈ ਹੈ, ਉਹ ਨਾਅਰੇਬਾਜ਼ੀ ਤੁਸੀਂ ਜ਼ਰੂਰ ਸੁਣੋ। ਬਿਲਕੁਲ ਜੀ, ਹੁਣ ਮੈਂ ਦੱਸਾਂਗਾ ਕਿ ਆਖਰ ਵਰਕਰਾਂ ਨੂੰ ਸੁਖਪਾਲ ਸਿੰਘ ਖਹਿਰਾ 'ਤੇ ਗੁੱਸਾ ਕਿਉਂ ਆਇਆ। ਦਰਅਸਲ ਉੱਥੇ ਇੱਕ ਸੀਨੀਅਰ ਆਮ ਆਦਮੀ ਪਾਰਟੀ ਦੇ ਵਰਕਰ ਸਨ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਕਹਿ ਦਈਏ ਕਿ ਖੂਨ ਪਸੀਨੇ ਦੇ ਨਾਲ ਸਿੰਜਿਆ। ਜਦੋਂ ਸੁਖਪਾਲ ਸਿੰਘ ਖਹਿਰਾ ਵੱਲੋਂ ਉਸ ਨੂੰ ਬੋਲਣ ਲਈ, ਮਤਲਬ ਉਹ ਚਾਹੁੰਦਾ ਸੀ ਕਿ ਮੈਂ ਕੁਛ ਨਾ ਕੁਛ ਬੋਲਾਂ, ਪਰ ਸੁਖਪਾਲ ਸਿੰਘ ਖਹਿਰਾ ਨੇ ਉਸ ਨੂੰ ਬੋਲਣ ਤੋਂ ਮਨਾ ਕਰ ਦਿੱਤਾ ਕਿ ਇਸ ਵਿਅਕਤੀ ਨੂੰ ਆਪਾਂ ਵਕਤ ਨਹੀਂ ਦੇਣਾ, ਵਗੈਰਾ ਵਗੈਰਾ ਜੋ ਗੱਲਬਾਤ ਹੋਈ ਹੈ। ਲੇਕਿਨ ਇਸੀ ਨਾਰਾਜ਼ਗੀ ਦੇ ਚੱਲਦਿਆਂ ਸੁਖਪਾਲ ਸਿੰਘ ਖਹਿਰਾ ਆ ਗਏ ਹਾਸ਼ੀਏ 'ਤੇ ਔਰ ਉਸਦੇ ਖਿਲਾਫ਼ ਹੋ ਗਈ ਮੁਰਦਾਬਾਦ ਹਾਏ ਹਾਏ। ਦੋਸਤੋ, ਕੁਛ ਵਰਕਰ ਕੈਮਰੇ ਦੇ ਸਾਹਮਣੇ ਆਏ, ਉਹਨਾਂ ਨੇ ਕੀ ਕਿਹਾ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ਼, ਕੀ ਬੋਲੇ ਨੇ, ਤੁਸੀਂ ਵੀ ਸੁਣ ਸਕਦੇ। ਅੱਜ ਸਰਪੰਚਾਂ ਮੈਂ ਮੌਜੂਦਾ ਫਗਵਾੜੇ ਤੋਂ, ਅੱਜ ਦੇਖੋ ਸਾਰੇ ਪੀਸਫੁਲੀ ਚੱਲ ਰਿਹਾ ਸੀਗਾ। ਇੱਕ ਪਾਸੇ ਇਹ ਕਹਿੰਦੇ ਨੇ ਵੀ ਅਸੀਂ ਡੈਮੋਕ੍ਰੇਸੀ ਪਾਰਟੀ ਦੇ ਵਿੱਚ ਲੈ ਕੇ ਆਉਣੀ ਹੈ, ਡੈਮੋਕ੍ਰੇਸੀ ਦੀ ਗੱਲ ਕਰਦੇ ਨੇ। ਦੂਜੇ ਪਾਸੇ ਜਿਨ੍ਹਾਂ ਨੇ ਪਾਰਟੀ ਦਾ ਮੁੱਢ ਬੰਨਿਆ, ਆਪਣਾ ਫਾਊਂਡਰ ਮੈਂਬਰ ਨੇ ਇੰਦਰਪਾਲ ਜੀ, ਜਦੋਂ ਇਹਨਾਂ ਨੇ ਬੋਲਣ ਦਾ ਟਾਈਮ ਮੰਗਿਆ ਤੇ ਇਹਨਾਂ ਨੂੰ ਬੋਲਣ ਨਹੀਂ ਦਿੱਤਾ ਗਿਆ। ਖਹਿਰਾ ਸਾਹਿਬ ਆਪ ਉੱਠ ਕੇ ਮੈਕ ਫੜਦੇ ਨੇ ਵੀ ਇਹਨਾਂ ਨੂੰ ਬੋਲਣ ਨਹੀਂ ਦੇਣਾ, ਕਹਿ ਕੇ ਪੁਲਿਸ ਵਾਲਿਆਂ ਤੋਂ ਬਾਹਰ ਕਢਾਉਂਦੇ ਨੇ। ਮੈਨੂੰ ਐਂ ਦੱਸੋ ਵੀ ਜਿਹੜੇ ਅੱਜ ਨਹੀਂ ਡੈਮੋਕ੍ਰੇਸੀ ਇਹ ਕ੍ਰੀਏਟ ਕਰ ਸਕਦੇ, ਆਉਣ ਵਾਲੇ ਸਮੇਂ 'ਚ ਕਿੱਦਾਂ ਦੀ ਡੈਮੋਕ੍ਰੇਸੀ ਦੇਣਗੇ ਪੰਜਾਬ 'ਚ। ਇੱਕ ਪਾਸੇ ਤਾਂ ਇਹ ਕਹਿੰਦੇ ਨੇ ਅਸੀਂ ਆਮ ਆਦਮੀ ਪਾਰਟੀ ਦੀ ਮੀਟਿੰਗ ਬੁਲਾ ਰਹੇ ਹਾਂ, ਵਲੰਟੀਅਰ ਦੀ ਬੁਲਾ ਰਹੇ ਹਾਂ, ਨਾ ਇੱਥੇ ਕੇਜਰੀਵਾਲ ਦਾ ਨਾਂ ਸੁਣਨ ਨੂੰ ਤਿਆਰ ਹੈ ਕੋਈ, ਨਾ ਪਾਰਟੀ ਦੀ ਕੋਈ ਗੱਲ ਸੁਣਨ ਨੂੰ ਤਿਆਰ ਹੈ। ਅਸੀਂ ਇਹ ਪੁੱਛਣਾ ਚਾਹੁੰਦੇ ਵੀ ਕਿਹੜੀ ਤਰੀਕੇ ਦੇ ਨਾਲ ਤੁਸੀਂ ਕਹਿੰਦੇ ਵੀ ਦਿੱਲੀ ਵਾਲੇ ਧੱਕਾ ਕਰਦੇ ਨੇ, ਤੁਸੀਂ PAC ਬਣਾਈ, ਉਹਦੇ 'ਚ ਕਿਹੜਾ ਆਮ ਵਲੰਟੀਅਰ ਤੁਸੀਂ ਲਾਇਆ, ਇਹ ਦੱਸਿਆ ਜਾਵੇ। ਦੂਜੇ ਪਾਸੇ ਜਦੋਂ ਫੂਲਕਾ ਸਾਹਿਬ ਨੂੰ ਵਿਰੋਧੀ ਧਿਰ ਦਾ ਨੇਤਾ ਲਾਇਆ, ਇਹਨਾਂ ਨੂੰ ਲਾਇਆ ਸੀ ਚੀਫ ਵਿਪ, ਇਹਨਾਂ ਨੇ ਅਸਤੀਫਾ ਕਿਉਂ ਦਿੱਤਾ? ਅੱਜ ਅਸੀਂ ਵਿਰੋਧ ਕਿਸ ਤਰ੍ਹਾਂ ਕਰਿਆ? ਅੱਜ ਦਾ ਵਿਰੋਧ ਕਿਸ ਤਰ੍ਹਾਂ? ਅੱਜ ਅਸੀਂ ਵਿਰੋਧ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਆਮ ਬੰਦਿਆਂ ਦੀ ਇੱਕ ਸਾਜ਼ਿਸ਼ ਘੜੀ ਜਾ ਰਹੀ ਹੈ ਆਉਣ ਵਾਲੀਆਂ ਪਾਰਲੀਮੈਂਟ ਦੀਆਂ ਚੋਣਾਂ। ਖਹਿਰਾ ਸਾਹਿਬ ਐਂਡ ਇਹਨਾਂ ਦੀ ਪਾਰਟੀ ਨੇ
ਜਿਹੜੇ ਬੈਂਸ ਭਰਾਵਾਂ ਦੇ ਨਾਲ ਰਲ ਕੇ ਭਾਜਪਾ ਦੀ ਅਗਵਾਈ ਚ ਲੜ ਰਹੀਆਂ ਨੇ, ਇਹ ਤੁਸੀਂ ਆਉਣ ਵਾਲੇ ਸਮੇਂ ਚ ਦੇਖੋਗੇ। ਇੰਦਰਪਾਲ ਜੀ, ਤੁਸੀਂ ਕਿਸ ਤਰ੍ਹਾਂ ਸਪੀਚ ਸਟਾਰਟ ਕੀਤੀ ਸੀ ਤੇ ਕਿਸ ਤਰ੍ਹਾਂ ਵਿਰੋਧ ਕੀਤਾ? ਦੇਖੋ ਜੀ, ਮੈਂ ਜਦੋਂ ਸਪੀਚ ਸਟਾਰਟ ਕੀਤੀ ਤਾਂ ਅਰਵਿੰਦ ਕੇਜਰੀਵਾਲ ਜੀ ਬਾਰੇ, ਮੈਂ ਪਹਿਲਾਂ ਵਲੰਟੀਅਰਾਂ ਬਾਰੇ ਦੱਸਿਆ ਕਿ ਵਲੰਟੀਅਰ ਦਿਨ ਰਾਤ ਕੰਮ ਕੀਤਾ। ਜਦੋਂ ਅਰਵਿੰਦ ਕੇਜਰੀਵਾਲ ਜੀ ਬਾਰੇ ਦੱਸਿਆ ਕਿ ਉਹ ਦਿਨ ਰਾਤ ਲੋਕਾਂ ਲਈ ਮਰ ਰਹੇ ਨੇ ਅੰਦੋਲਨ, ਤੋਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਆਮ ਬੰਦੇ ਹਾਂ, ਉਹ ਲੀਡਰੋ ਸਾਡੀ ਗੱਲ ਸੁਣੋ, ਸਾਡੇ ਜਿਹੜੇ ਕੰਮ ਨੇ ਉਹ ਕਰੋ, ਅਸੀਂ ਤੁਹਾਡੀਆਂ ਮਿੰਨਤਾਂ ਕਰਦੇ ਹਾਂ। ਫਿਰ ਉਸ ਤੋਂ ਗੱਲ ਅੱਗੇ ਵਧੀ, ਜਦੋਂ ਗੱਲ ਇਹ ਆ ਗਈ ਕਿ ਦੂਜੀਆਂ ਪਾਰਟੀਆਂ ਨੇ ਇਹ ਕਿਹਾ ਸੀ ਅਕਾਲੀਆਂ ਕਾਂਗਰਸੀਆਂ ਭਾਜਪਾ ਨੇ ਕਿ ਤੁਸੀਂ ਆਮ ਬੰਦੇ ਹੋ, ਆਮ ਬੰਦੇ ਕੇ ਬਣ ਕੇ ਰਹੋ, ਆਪਣੀ ਔਕਾਤ ਦੇ ਵਿੱਚ ਰਹੋ। ਫਿਰ ਜਦੋਂ ਮੈਂ ਗੱਲ ਸਾਡੇ MLA ਤੇ ਲੈ ਕੇ ਆਇਆ ਕਿ ਇਹ MLA ਜਾ ਕੇ ਗਰਾਊਂਡ ਤੇ ਕੰਮ ਨਹੀਂ ਕਰਦੇ, ਉਹਦੀ ਖੈਰ ਐਸਾ ਭੁੜਕ ਪਏ, ਉਹਦੀ ਉਹ ਕਹਿੰਦੇ ਬੋਲਣਾ ਬੰਦ ਕਰੋ ਤੇ ਤੁਸੀਂ ਇਹ ਬੋਲ ਨਹੀਂ ਸਕਦੇ। ਕਿਉਂ? ਤੁਹਾਡੇ ਹੱਥੋਂ ਮੈਕ ਖੋਇਆ ਗਿਆ? ਮੇਰੇ ਹੱਥੋਂ ਮੈਕ ਖੋਇਆ ਗਿਆ? ਕਿਹਨੇ ਖੋਇਆ? ਅਵਤਾਰ ਸਿੰਘ ਜੀ ਖੜੇ ਨੇ, ਜਦੋਂ ਤੁਸੀਂ ਆਮ ਆਦਮੀ ਪਾਰਟੀ ਦਾ ਨਾਂ ਵਰਤਦੇ ਹੋ, ਅਸੀਂ ਆਵਾਂਗੇ ਨਾ, ਪਾਰਟੀ ਦਾ ਤੁਸੀਂ ਲੋਗੋ ਵਰਤਦੇ ਹੋ ਤੇ ਉਹਦੇ ਨਾਂ ਤੇ ਤੁਸੀਂ ਪੋਸਟਾਂ ਪਾਉਂਦੇ ਹੋ, ਜਾਂ ਤਾਂ ਤੁਸੀਂ ਵੱਖਰੀ ਆਪਣੀ ਕੋਈ ਸੋਚ ਦੱਸੋ ਫੇਰ ਰੱਖੋ। ਬੁੱਧੂ ਬਣਾ ਕੇ ਲੋਕਾਂ ਨੂੰ ਇਹ ਕਿੱਦਾਂ ਦੀ ਰਾਜਨੀਤੀ ਕਰ ਰਹੇ ਹੋ? ਬਿਲਕੁਲ ਜੀ, ਖਹਿਰਾ ਸਾਹਿਬ ਨੇ ਗਲਤੀ ਕੀਤੀ ਹੈ, ਉਸ ਨੂੰ ਨਹੀਂ ਜਾਣਾ ਚਾਹੀਦਾ ਸੀ। ਖੈਰ, ਇਸ ਤਰ੍ਹਾਂ ਵਿਰੋਧ ਵੀ ਹੋਣਾ ਔਰ ਵੈਲਕਮ ਵੀ ਹੋਣਾ ਇਹ ਤਾਂ ਬਰਾਬਰ ਚੱਲਦਾ ਹੀ ਰਹਿੰਦਾ, ਰਾਜਨੀਤੀ ਹੈ ਔਰ ਰਾਜਨੀਤੀ ਦੇ ਵਿੱਚ ਆਪਾਂ ਕਦੇ ਕਿਸੇ ਨੂੰ ਖੁਸ਼ ਨਹੀਂ ਕਰ ਸਕਦੇ। ਅੱਜ ਭਗਵੰਤ ਮਾਨ ਦੇ ਗੜ੍ਹ ਵਿੱਚ ਪਹੁੰਚੇ ਆ, ਹਾਏ ਹਾਏ ਦੇ ਨਾਅਰਿਆਂ ਦਾ ਸਾਹਮਣਾ ਕਰਨਾ ਪਿਆ ਸੁਖਪਾਲ ਸਿੰਘ ਖਹਿਰਾ ਨੂੰ, ਔਰ ਜਦੋਂ ਕਿਤੇ ਆਪਣੇ ਗੜ੍ਹ ਵਿੱਚ ਜਾਂਦੇ ਨੇ ਤਾਂ ਵੈਲਕਮ ਦੇ ਨਾਅਰੇ ਸੁਖਪਾਲ ਸਿੰਘ ਖਹਿਰਾ ਨੂੰ ਸੁਣਨ ਲਈ ਮਿਲਦੇ ਨੇ। ਖੈਰ, ਇਹ ਦੋਨੇ ਬਰਾਬਰ ਚੱਲਦੇ ਨੇ, ਪੋਜ਼ਿਟਿਵ ਵੀ ਔਰ ਨੈਗੇਟਿਵ ਵੀ। ਪਰ ਖਹਿਰਾ ਸਾਹਿਬ, ਇੱਕ ਗੱਲ ਤਾਂ ਜ਼ਰੂਰ ਹੈ ਕਿ ਪਿੱਛੇ ਬੈਨਰ ਤਾਂ ਜ਼ਰੂਰ ਆਮ ਆਦਮੀ ਪਾਰਟੀ ਦਾ ਲੱਗਾ, ਪਰ ਆਮ ਆਦਮੀ ਪਾਰਟੀ ਦੇ ਵਿੱਚ ਰਹਿ ਕੇ ਇਸ ਤਰ੍ਹਾਂ ਦੀਆਂ ਜਿਹੜੀਆਂ ਤੁਸੀਂ ਮੀਟਿੰਗਸ ਕਰਦੇ ਹੋ, ਸੁਖਪਾਲ ਸਿੰਘ ਖਹਿਰਾ ਜੀ, ਕੀ ਇਹ ਜਾਇਜ਼ ਹੈ ਜਾਂ ਨਹੀਂ? ਫਾਰ ਆਲ ਅਪਡੇਟਡ ਨਿਊਜ਼ ਪਲੀਜ਼ ਸਬਸਕ੍ਰਾਈਬ ਏਵਨ ਨਿਊਜ਼ ਐਂਡ ਕਲਿੱਕ ਦ ਬੈਲ ਆਈਕਨ।